ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਵਿੱਚੋਂ ਇੱਕ ਹੋਰ ਜੀਵਨ ਚਲਕ ਸਿਰਲੇਖ ਹੈ ਕਰਾਮਾਤ ਕਰਮਾਤ ਅਰਬੀ ਦਾ ਪਦ ਹੈ ਇਸ ਦੇ ਅਰਥ ਹਨ ਬਜ਼ੁਰਗੀ ਤੇ ਕਰਾਮਾਤ ਦੇ ਅਰਥ ਹਨ ਕੋਈ ਚਮਤਕਾਰ ਕ੍ਰਿਸ਼ਮ ਕੋਈ ਅਚੰਬਤ ਕਰਨ ਵਾਲੀ ਗੱਲ ਕਈ ਕਰਮਾਤ ਨੂੰ અવਤਾਰ ਦੀ ਨਿਸ਼ਾਨੀ ਗਿਣਦੇ ਹਨ ਕਿ ਜਿਸ ਵਿੱਚ ਇਹ ਕਰਨ ਦੀ ਸਤਿਆ ਹੋਵੇ ਉਹ અવਤਾਰ ਹੁੰਦਾ ਹੈ ਪਰ ਨਹੀਂ ਸਤਕਾਰਯੋਗ ਭਾਈ ਸਾਹਿਬ ਜੀ ਨੇ ਸ੍ਰੀ ਕਲਗੀਧਰ ਚਮਤਕਾਰ ਦੇ ਪ੍ਰਸੰਗ 96 ਕਰਮਾਤ ਡੱਲਾ ਤੇ ਅੰਮ੍ਰਿਤ ਵਿੱਚ ਖੋਲ ਕੇ ਚਾਨਣਾ ਪਾਇਆ ਹੈ ਉਹਨਾਂ ਦੇ ਕਥਨ ਦਾ ਸੰਖੇਪ ਭਾਵ ਇਹ ਹੈ ਕਿ ਇਨਸਾਨ ਦਾ ਇੱਕ ਹੈ ਸਰੀਰ ਤੇ ਦੂਸਰਾ ਹੈ ਮਨ ਸਰੀਰ ਤਾਂ ਸਾਰੇ ਕੰਮ ਸਰੀਰਕ ਹਰਕਤ ਚੇਸ਼ਟਾ ਨਾਲ ਕਰਦਾ ਹੈ ਪਰ ਮਨ ਕੇਵਲ ਇੱਛਾ ਮਾਤਰ ਨਾਲ ਕਰ ਲੈਂਦਾ ਹੈ ਜਿਵੇਂ ਬਲ ਵਾਲੇ ਸਰੀਰ ਦੀ ਚੇਸ਼ਟਾ ਜਾਂ ਹਰਕਤ ਤਾਕਤਵਰ ਹੁੰਦੀ ਹੈ ਉਸੇ ਤਰ੍ਹਾਂ ਬਲ ਵਾਲੇ ਮਨ ਦੀ ਚੇਸ਼ਟਾ ਜਾਂ ਇੱਛਾ ਜ਼ਬਰਦਸਤ ਜ਼ੋਰ ਵਾਲੀ ਹੁੰਦੀ ਹੈ ਜਿਸ ਨੂੰ ਲੋਕ ਕਰਾਮਾਤ ਸਮਝਦੇ ਹਨ ਉਹ ਬਲਵਾਨ ਇੱਛਾ ਸ਼ਕਤੀ ਦੇ ਕਰਤਵ ਹਨ ਇਹ ਸ਼ਕਤੀ ਕਈ ਪ੍ਰਕਾਰ ਦੀ ਹੈ ਪਹਿਲਾ ਓਮ ਜਿਸ ਤਰ੍ਹਾਂ ਜਣੇ ਖਣੇ ਦੀ ਹੁੰਦੀ ਹੈ ਉਹ ਮਨ ਖਿੰਡਾਉ ਵਿੱਚ ਵਸਦਾ ਹੈ ਅਰਥਾਤ ਮਨ ਨੂੰ ਇਕਾਗਰਤਾ ਦਾ ਕੋਈ ਸੁਭਾਵ ਨਹੀਂ ਸੋਚਾਂ ਵਿਚਾਰਾਂ ਮਨੁਰਾਜਾਂ ਮਨ ਦੇ ਵਹਿਣ ਸੰਕਲਪਾਂ ਵਿਕਲਪਨ ਦਾ ਫੁਰਦੇ ਰਹਿਣਾ ਮਨ ਦੇ ਖਿੰਡਾਉ ਦੀ ਅਵਸਥਾ ਹੈ ਦੂਸਰਾ ਇਕ ਮਨ ਐਸੇ ਹਨ ਜੋ ਇਕਾਗਰ ਹਨ ਜੋ ਆਪਣੇ ਆਪ ਵਿੱਚ ਜੁੜਦੇ ਹਨ ਇਹ ਲੋਕ ਆਪਣੇ ਫੁਰਨੀਆਂ ਨੂੰ ਰੋਕਦੇ ਹਨ ਇਹ ਤਰਦਦ ਮਨ ਨੂੰ ਇਕਾਗਰਤਾ ਵਿੱਚ ਲੈ ਜਾਂਦੇ ਹਨ ਜੋ ਮਨ ਇਕਾਗਰ ਹੁੰਦੇ ਹਨ ਉਹਨਾਂ ਦੀ ਇੱਛਾ ਸ਼ਕਤੀ ਬਲਵਾਨ ਹੋ ਜਾਂਦੀ ਹੈ ਜਿਵੇਂ ਬਲਵਾਨ ਸਰੀਰ ਦੀ ਸਾਰੀ ਹਰਕਤ ਜ਼ੋਰਦਾਰ ਹੁੰਦੀ ਹੈ ਅਤੇ ਕਮਜ਼ੋਰ ਤੇ ਆਮ ਸ਼ਰੀਰਾਂ ਤੇ ਭਾਰੂ ਹੁੰਦੀ ਤੇ ਹਾਵੀ ਹੁੰਦੀ ਹੈ ਤਿਵੇਂ ਇਕਾਗਰ ਬਲਵਾਨ ਮਨ ਦੀ ਇੱਛਾ ਹੋਰਨਾ ਮਨਾਂ ਉੱਤੇ ਜੀਵਤਾਰੀਆਂ ਉੱਤੇ ਆਮ ਕੁਦਰਤ ਉੱਤੇ ਭਾਰੂ ਹੁੰਦੀ ਹੈ ਆਮ ਇੱਛਾ ਸ਼ਕਤੀਆਂ ਉਸਤੇ ਭਾਰੂ ਨਹੀਂ ਹੁੰਦੀਆਂ ਤੀਸਰਾ ਉਹ ਮਨ ਹਨ ਜੋ ਆਮ ਮਨ ਨਾਲੋਂ ਨਿਰਬਲ ਹਨ ਇਹਨਾਂ ਵਿੱਚ ਖਿੰਡਾਓ ਬਹੁਤ ਆਉਂਦਾ ਹੈ ਇਹ ਆਪਣੇ ਵਹਿਮਾਂ 'ਇਸ਼ਟੁਰਦੇ ਹਨ ਇਹਨਾਂ ਮਨਾਂ ਵਿੱਚ ਕੋਈ ਜਿਗਰਾ ਨਹੀਂ ਭੈ ਤੇ ਚਿੰਤਾ ਇਹਨਾਂ ਮਨਾਂ ਤੇ ਬਹੁਤ ਅਸਰ ਕਰਦੇ ਹਨ ਇਹ ਮਨੋਂ ਬਿਮਾਰ ਮਨ ਚੇਸ਼ਟਾ ਵਿੱਚ ਨਿਤਾਣੇ ਹੁੰਦੇ ਹਨ ਇਹ ਤੇ ਸਾਧਾਰਨ ਮਨ ਸ਼ਕਤੀਵਾਨ ਸ਼ਰੀਰਾਂ ਤੇ ਮਨਾਂ ਦੇ ਕਰਤਵ ਤੱਕ ਤੱਕ ਕੇ ਹੈਰਾਨ ਹੁੰਦੇ ਹਨ ਸਮਝ ਸਕਦੇ ਨਹੀਂ ਤੇ ਆਖਦੇ ਆਨੇ ਕਰਾਮਾਤ ਹੈ ਤੇ ਫਿਰ ਇਹ ਸਮਝ ਲੈਂਦੇ ਹਨ ਕਿ ਕਰਾਮਾਤ ਕੋਈ ਅਸੰਭਵ ਦਾ ਸੰਭਵ ਹੋਣਾ ਹੈ ਅਸੰਭਵ ਕੁਝ ਨਹੀਂ ਜਿੰਨਾ ਕੋਈ ਕਰ ਸਕਦਾ ਹੈ ਉਸ ਤੋਂ ਵਧੇ ਹੋਰ ਕਰਨਾ ਉਸ ਨੂੰ ਮੁਸ਼ਕਲ ਹੈ ਤੇ ਉਸ ਤੋਂ ਹੋਰ ਅੱਗੇ ਦਾ ਕੁਝ ਹੁੰਦਾ ਵੇਖਣਾ ਉਸ ਲਈ ਅਸੰਭਵ ਪਾਸ ਦਾ ਹੈ ਉਸ ਮੁਸ਼ਕਲ ਗੱਲ ਨੂੰ ਵੀ ਜੇ ਕੋਈ ਕਰ ਲਵੇ ਤਾਂ ਉਸ ਨੂੰ ਕਮਾਲ ਜਾਂ ਪਰਬੀਨਤਾ ਆਖਦੇ ਹਨ ਤੇ ਜਿਸ ਨੂੰ ਉਹ ਅਸੰਭਵ ਸਮਝਦੇ ਸਨ ਜਦ ਕੋਈ ਉਹ ਕਰ ਲਵੇ ਤਾਂ ਉਸ ਨੂੰ ਕਰਾਮਾਤ ਆਖਦੇ ਹਨ ਫਿਰ ਅੱਗੇ ਚੱਲ ਕੇ ਆਪ ਦੱਸਦੇ ਹਨ ਕਿ ਬਲਵਾਨ ਮਨ ਦੋ ਪ੍ਰਕਾਰ ਦੇ ਹਨ ਇੱਕ ਜਨਮ ਤੋਂ ਦੂਜੇ ਸਾਧਨ ਤੋਂ ਜੋ ਰੱਬ ਦੇ ਘੱਲੇ ਆਉਂਦੇ ਹਨ ਉਹਨਾਂ ਦਾ ਮਨ ਰੱਬ ਨਾਲ ਲੱਗਾ ਰਹਿੰਦਾ ਹੈ ਜਿਵੇਂ ਤਾਰ ਦੇ ਇੱਕ ਸਿਰੇ ਤੇ ਤੁਣਕਾ ਦੇਓ ਤਾਂ ਤਾਰ ਦੇ ਦੂਜੇ ਸਿਰੇ ਤੁਨੋ ਪੁਈਦੀ ਹੈ ਤੇਵੇਂ ਜੋ ਸਾਈਂ ਵੱਲੋਂ ਆਉਂਦਾ ਹੈ ਉਹਦਾ ਮਨ ਰੱਬੀ ਇੱਛਾ ਸ਼ਕਤੀ ਨਾਲ ਜੁੜਿਆ ਹੋਣ ਕਰਕੇ ਰੱਬ ਦੀ ਰਜ਼ਾ ਵਿੱਚ ਇੱਕ ਸੁਰ ਹੁੰਦਾ ਹੈ ਤੇ ਉਹ ਚੁਣਕਾਰ ਦਿੰਦਾ ਹੈ ਜਦੋਂ ਐਸੇ ਇੱਕ ਸਵਾਰ ਹੋਏ ਮਨ ਕਦੇ ਕਿਸੇ ਅਤ ਮਿਹਰ ਆਦੀ ਦੇ ਘਰ ਵਿੱਚ ਚਾਹੁੰਦੇ ਹਨ ਕਿ ਹੋ ਜਾਵੇ ਤਾਂ ਸਾਈਂ ਦੀ ਮੇਰ ਨਾਲ ਪੁਖੜੋਂਦਾ ਹੈ ਜੈਸੇ ਠਾਕੁਰ ਮੈਂ ਦਾਸ ਦਾਸ ਮੈਂ ਸੋਏ তথা ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸਵਾਮੀ ਸੋ ਐਸੇ ਕਰਤਵ ਜਿਸ ਨੂੰ ਅਸੀਂ ਕਰਾਮਾਤ ਵੀ ਕਹਿ ਲੈਂਦੇ ਹਾਂ ਰਬ ਸਾਈ ਨਾਲ ਜੁੜੇ ਅਨੇਕਾਂ ਸੰਤ ਤੇ ਫਕੀਰ ਵੀ ਕਰ ਲੈਂਦੇ ਹਾਂ ਕਰਾਮਾਤ ਇੱਕ ਐਸੀ ਚੀਜ਼ ਹੈ ਜੋ ਜਿਸ ਫਕੀਰ ਪਾਸ ਹੋਵੇ ਉਸ ਜ਼ਮਾਨੇ ਦੀਆਂ ਅੱਖਾਂ ਦਾ ਸਿਤਾਰਾ ਸਮਝਿਆ ਜਾਂਦਾ ਹੈ ਪਰ ਜੋ ਅਸਲ ਫਕੀਰ ਹੁੰਦਾ ਹੈ ਉਹ ਉਸਨੂੰ چھਪਾ ਕੇ ਰੱਖਦਾ ਹੈ ਦਿਖਾਵੇ ਦੇ ਫਕੀਰ ਮੱਲੋ ਮੱਲੀ ਦੇ ਕਹੇ ਵਾਕਾਂ ਨੂੰ ਕਰਾਮਾਤ ਕਹਿ ਕੇ ਲੋਕਾਂ ਤੋਂ ਟੱਕੇ ਬਟੌਰਦੇ ਤੇ ਆਪਣੀ ਉਧਰ ਪੂਰਨਾ ਦਾ ਵਸੀਲਾ ਬਣਾਉਂਦੇ ਹਨ ਉਂਝ ਪੱਲੇ ਕੱਖ ਹੁੰਦਾ ਨਹੀਂ ਇਹਨਾਂ ਫਕੀਰਾਂ ਦੀ ਇਸ ਸਮੇਂ ਵਿੱਚ ਥੋੜ੍ਹ ਨਹੀਂ अनेका ਦੇਖਣ ਵਿੱਚ ਆਉਂਦੇ ਹਨ ਕਰਦੇ ਉਹ ਕੀ ਹਨ ਜਿਸ ਤੇ ਖੁਸ਼ ਹੋਣ ਉਸ ਨੂੰ ਨਿਤੜਕ ਵਰਦੇ ਜਾਣੇ ਅਰ ਦੇਣੇ ਗੋਲਮੋ ਲਫ਼ਜ਼ਾਂ ਵਿੱਚ ਜਿਸ ਤੋਂ ਵਰ ਪ੍ਰਾਪਤ ਪੁਰਖ ਦਾ ਦਿਲ ਉਤਸ਼ਾਹ ਵਿੱਚ ਰਹਿਣਾ ਤੇ ਘਰ ਵੇਜੇ ਜਰਾ ਜਿੰਨੀ ਵੀ ਚੰਗੀ ਗੱਲ ਵਾਪਰ ਜਾਵੇ ਤਾਂ ਇਤਬਾਰ ਸੰਤ ਦਾ ਬੈਠ ਜਾਣਾ ਕਿ ਇਹ ਕੇਵਲ ਫਕੀਰ ਦੇ ਵਰ ਕਰਕੇ ਹੋਈ ਹੈ ਦੂਸਰੇ ਪਾਸੇ ਜੇ ਸੌ ਨੂੰ ਵਰ ਮਿਲੇ ਹਨ ਤੇ ਉਹਨਾਂ ਵਿੱਚੋਂ ਦਸਾਂ ਪਰ ਕੁਝ ਕੋ ਉਤਸ਼ਾਹ ਜਨਕ ਘਟਨਾ ਵਾਪਰ ਗਈਆਂ ਹਨ ਤੇ ਨਵੀਆਂ ਪਰ ਨਹੀਂ ਤਾਂ ਉਹ ਨਵੇ ਤਾਂ ਨਹੀਂ ਆਉਣਗੇ ਪਰ 10 ਆਣ ਕੇ ਮਹਿਮਾ ਉਹ ਕਰਨਗੇ ਜਿਸ ਤੋਂ ਸੈਂਕੜੇ ਆਦਮੀ ਤੇ ਔਰਤਾਂ ਉਹਨਾਂ ਵੱਲ ਖਿੱਚੇ ਜਾਣਗੇ ਦੂਸਰੇ ਪਾਸੇ ਜਿਨ੍ਹਾਂ ਨੂੰ ਐਸੇ ਫਕੀਰਾਂ પાસે ਸਰਾਂਪ ਮਿਲੇ ਆਵੇ ਉਹਨਾਂ ਦਾ ਦਿਲ ਢੈਂਦੀਆਂ ਕਲਾਂ ਵਿੱਚ ਰਹਿਣਾ ਕੁਦਰਤੀ ਗੱਲ ਹੈ ਤੇ ਖਿਆਲ ਦਾ ਅਸਰ ਪੱਛਮੀ ਵਿਦਿਆਵਾਲਿਆਂ ਨੇ ਵੀ ਸਿੱਧ ਕਰ ਦਿਖਾਇਆ ਹੈ ਕਿ ਹੱਦ ਦਰਜੇ ਦਾ ਹੁੰਦਾ ਹੈ ਜਿਵੇਂ ਇੱਕ ਵਾਰ ਤਾਂ ਸੁਣੀ ਹੈ ਕਿ ਕਿਸੇ ਜਮਾਤ ਦੇ ਬੱਚੇ ਛੁੱਟੀ ਕਰਨਾ ਚਾਹੁੰਦੇ ਸਨ ਜਦ ਮਾਸਟਰ ਜੀ ਆਏ ਤਾਂ ਇੱਕ ਨੇ ਕਿਹਾ ਮਾਸਟਰ ਜੀ ਕੀ ਗੱਲ ਹੈ ਅੱਜ ਤੁਹਾਡਾ ਚਿਹਰਾ ਉਤਰਿਆ ਹੋਇਆ ਹੈ ਸੁਖ ਤਾਂ ਹੈ ਇੱਕ ਹੋਰ ਨੇ ਇਸੇ ਤਰ੍ਹਾਂ ਪੁੱਛਿਆ ਤੇ ਫਿਰ ਹੋਰ ਨੇ ਆਖਿਰ ਮਾਸਟਰ ਜੀ ਆਪਣੇ ਆਪ ਨੂੰ ਬਿਮਾਰ ਸਮਝ ਕੇ ਘਰ ਚਲੇ ਗਏ ਤੇ ਬੱਚਿਆਂ ਨੇ ਛੁੱਟੀ ਕਰ ਲਈ ਇਸੇ ਤਰ੍ਹਾਂ ਖਿਆਲ ਦਾ ਅਸਰ ਜਿਸ ਮਨ ਤੇ ਹੁੰਦਾ ਹੈ ਉਸ ਨੂੰ ਟੈਂਦਿਆਂ ਕਲਾ ਵੀ ਤਰੀਕੀ ਜਾਣਦਾ ਹੈ ਘਰ ਵਿੱਚ ਕਮ ਸਵਰ ਦੇ ਵੀ ਹਨ ਤੇ ਵਿਗੜਦੇ ਵੀ ਹਨ ਸਵਰ ਦੇ ਕਮ ਸਹਿਜ ਸੁਭਾ ਲੰਘ ਜਾਂਦੇ ਹਨ ਤੇ ਵਿਗੜੇ ਕਮ ਉਸ ਨੂੰ ਫਕੀਰ ਦਾ ਸਰਾਬ ਪਰ ਤੱਕ ਪਾਸਦੇ ਹਨ ਲੋਕੀ ਦੇਖਣ ਵਾਲੇ ਵੀ ਇਹੀ ਪ੍ਰਤੀਤ ਕਰਦੇ ਹਨ ਤੇ ਲੋਕਾਂ ਵਿੱਚ ਫਕੀਰ ਦੀ ਮਹਿਮਾ ਵੱਧੀ ਹੈ ਤੇ ਉਸ ਦੇ ਪੋਬਾਰਾ ਹੁੰਦੇ ਹਨ ਤੇ ਫਿਰ ਜੋ ਕੋਈ ਸਰਾਪਿਤ ਪੁਰਸ਼ ਅਤ ਪੈ ਪੀਤ ਹੋਇਆ ਪੇਖੀ ਫਕੀਰ ਜੀ ਦੇ ਪਾਸ ਭੁਲ ਬਖਸ਼ਾਉਣ ਆ ਜਾਵੇ ਆ ਫਿਰ ਪੰਜੇ ਹੀ ਕਿਉ ਵਿਚਨ ਸੋ ਇਹ ਦਸ਼ਾ ਤਾਂ ਹੈ ਭੇਖੀ ਫਕੀਰਾਂ ਦੀਆਂ ਦਿਖਾਵੇ ਮਾਤਰ ਕਰਾਮਾਤਾਂ ਦੀ ਜੋ ਅੱਜਕੱਲ ਆਮ ਪਰਵਿਰਥਨ ਗੁਰਸਿੱਖੀ ਵਿੱਚ ਕਰਾਮਾਤ ਨੂੰ ਕਹਿਰ ਦੱਸਿਆ ਹੈ ਤੇ ਇਸ ਦੇ ਦ੍ਰਿਸ਼ਟਾਂਤ ਅਨੇਕਾਂ ਇਤਿਹਾਸ ਵਿੱਚੋਂ ਪ੍ਰਦੀਪਤ ਹਨ ਪਰ ਕਰਾਮਾਤ ਹੈ ਨਹੀਂ ਇਹ ਅਸੂਲ ਸਿੱਖੀ ਦਾ ਨਹੀਂ ਕਰਾਮਾਤ ਹੈ ਤੇ ਮਹਾਪੁਰਖ ਸਭ ਕੁਝ ਕਰ ਸਕਦੇ ਹਨ ਕਰ ਕਰਦੇ ਨਹੀਂ ਸਗੋਂ ਕਰਨ ਨੂੰ ਕਹਿਰ ਕਹਿੰਦੇ ਹਨ ਭਾਈ ਸਾਹਿਬ ਜੀ ਦੇ ਕਰਾਮਾਤ ਬਾਬਤ ਖਿਆਲ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਅਸੀਂ ਪਿੱਛੇ 10 ਆਏ ਹਾਂ ਆਪ ਦੇ ਨਾਲ ਵੀ ਕਈ ਵਾਕਿਆਤ ਹੋਏ ਹਨ ਜੋ ਕਰਾਮਾਤ ਦਾ درجہ ਕਹਿ ਜਾ ਸਕਦੇ ਹਨ ਇਸ ਲਈ ਆਪ ਜੀ ਤੋਂ ਵੀ ਪੁੱਛਿਆ ਗਿਆ ਕਿ ਕੀ ਇਹ ਕਰਾਮਾਤ ਨਹੀਂ ਤਾਂ ਆਪ ਨੇ ਕਿਹਾ ਕਿ ਮੈਂ ਇਸ ਨੂੰ ਕਰਾਮਾਤ ਨਹੀਂ ਕਹਿੰਦਾ ਕਿਉਂਕਿ ਮੈਨੂੰ ਜ਼ਾਹਿਰਾ ਕੁਝ ਨਹੀਂ ਦਿਸਦਾ ਇਹ ਨਹੀਂ ਹੁੰਦਾ ਕਿ ਮੈਂ ਅੱਖਾਂ ਮੀਟਾਂ ਤੇ ਮੈਨੂੰ ਵਰਤਣ ਵਾਲਾ ਮਾਜਰਾ ਅੱਖਾਂ 'ਕੇ ਦਿਸੇ ਤੇ ਮੈਂ ਝਟ ਕਹਿ ਦਿਆਂ ਕਿ ਆਹ ਕੁਝ ਹੋਵੇਗਾ ਕੋਈ ਲਫ਼ਜ਼ ਕਿਸੇ ਵੇਲੇ ਕਿਸੇ ਜ਼ੋਰ ਵਿੱਚ ਮੇਰੀ ਜ਼ਬਾਨ ਆਪੋਂ ਕਹਿ ਦਿੰਦੀ ਹੈ ਤੇ ਲਫ਼ਜ਼ ਕਹਿਣ ਪਿਛੋਂ ਮੈਨੂੰ ਹੋਸ਼ ਆਉਂਦਿਆਂ ਹੀ ਮੇਰੇ ਚਿੱਤ ਵਿੱਚ ਆਉਂਦੀ ਹੈ ਕਿ ਇਹ ਮੈਂ ਕੀ ਕਹਿ ਦਿੱਤਾ ਹੈ ਮੈਨੂੰ ਤਾਂ ਇਹ ਪਤਾ ਨਹੀਂ ਸੀ ਪਰ ਫਿਰ ਦੇਖਦਾ ਹਾਂ ਤਾਂ ਉਹ ਸਮਰਥਕ ਹੋ ਜਾਂਦਾ ਹੈ ਮਨ ਉਹ ਮੈਂ ਨਹੀਂ ਸਿੱਕਿਆ ਕਿਸੇ ਗੈਬੀ ਤਾਕਤ ਨੇ ਕਹਿਵਾਇਆ ਹੈ ਸੀ ਉਸ ਵੇਲੇ ਵੇਲਾ ਹੈ ਫਕੀਰ ਨੂੰ ਆਪਣੇ ਸੰਭਾਲਣ ਦਾ ਨਹੀਂ ਤਾਂ ਜੇ ਇਸ ਵੇਲੇ ਗਿਰ ਜਾਵੇ ਤਾਂ ਕੋਈ ਥਾਂ ਨਹੀਂ ਹਾਂ ਮੈਨੂੰ ਸਮਝ ਆਉਂਦੀ ਹੈ ਮੈਂ ਤਾਂ ਕੁਝ ਨਹੀਂ ਕੀਤਾ ਮੇਰੇ ਵੱਸ ਕੁਝ ਨਹੀਂ ਜੇ ਹੈ ਤਾਂ ਮੈਂ ਹੁਣ ਕਹਿੰਦਾ ਹਾਂ ਉਮ ਕਾ ਕਾਰਜ ਹੋ ਜਾਏ ਉਹ ਹੋ ਜਾਏ ਪਰ ਨਹੀਂ ਹੁੰਦਾ ਇਸ ਲਈ ਮੇਰੇ ਵੱਸ ਕੁਝ ਨਹੀਂ ਜੋ ਮੈਂ ਦਮ ਬਾਰਾਂ ਕੇ ਮੈਂ ਕੀਤਾ ਹੈ ਉਹ ਆਪ ਕਰਨ ਵਾਲਾ ਹੈ ਉਹ ਜਿਵੇਂ ਚਾਹੁੰਦਾ ਹੈ ਕਰਦਾ ਹੈ ਪਰ ਵਿਚਾਲੇ ਹਥਿਆਰ ਸਾਨੂੰ ਬਣਾ ਲੈਂਦਾ ਹੈ ਅਸਾਂ ਲਈ ਤਾਂ ਸਦਾ ਉਸ ਦੇ ਹਜ਼ੂਰ ਅਰਦਾਸ ਵਿੱਚ ਰਹਿਣਾ ਚਾਹੀਦਾ ਹੈ ਆਪ ਕਿਆ ਕਰਦੇ ਸਨ ਅਰਦਾਸ ਵੀ ਸਦਾ ਭਲੇ ਮੰਗਣ ਦੀ ਹੋਵੇ ਅਰਦਾਸ ਦਿਲ ਦੇ ਸੁਖ ਮੰਗਣ ਲਈ ਹੋਵੇ ਸੰਸਾਰਕ ਕਾਮ ਦਾ ਲਈ ਅਰਦਾਸ ਘਟ ਕੀਤੀ ਸੁਖਦਾਈ ਰਹਿੰਦੀ ਹੈ ਇਸ ਤਰ੍ਹਾਂ ਦੇ ਸੰਨਾਬ ਦੇ ਖਿਆਲ ਕਰਾਮਾਤ ਬਾਬਤ ਪਰ ਕਈ ਵਾਕਿਆਤ ਐਸੇ ਵਰਤੇ ਹਨ ਜਿਨ੍ਹਾਂ ਨੂੰ ਤੱਕ ਕੇ ਅਚੰਭਾ ਹੁੰਦਾ ਹੈ ਉਹਨਾਂ ਨੂੰ ਰਜ਼ਾ ਵਿੱਚ ਮਿਲੀ ਸੁਰਤ ਦੇ ਕਰਿਸ਼ਮੇ ਕਹਿ ਲਓ ਜਾਂ ਕਰਾਮਾਤ ਦਾ ਨਾਮ ਦੇ ਲਓ ਐਸੀਆਂ ਵਿੱਚੋਂ ਕੁਝ ਸਾਹਮਣੇ ਵਰਤੇ ਤੇ ਕੁਝ ਹੋਰ ਨਾਲ ਤੋਂ ਸੁਣੇ ਇਸ ਪ੍ਰਕਾਰ ਹਨ ਮੇਰੇ ਆਪ ਜੀ ਦੀ ਸੇਵਾ ਵਿੱਚ ਆਉਣ ਤੋਂ ਪਹਿਲੋਂ ਦੀ ਗੱਲ ਹੈ ਭਾਈ ਤਖਤ ਸਿੰਘ ਤੇ ਫਿਰੋਜ਼ਪੁਰ ਦੇ ਸਰਦਾਰ ਬਿਸ਼ਨ ਸਿੰਘ ਨਾਮ ਦੇ ਹੋ ਚੁੱਕੇ ਵਕੀਲ ਫਿਰੋਜ਼ਪੁਰੋਂ ਆਪ ਦੇ ਦਰਸ਼ਨਾਂ ਨੂੰ ਆਏ ਆਪ ਦੀ ਰਿਹائش ਵਜ਼ੀਰ ਹਿੰਦ ਪ੍ਰੈਸ ਦੇ ਉੱਪਰ ਹੀ ਸੀ ਸਵਾਗਤ ਦੇ ਬਾਅਦ ਉਹਨਾਂ ਦਾ ਨਿਵਾਸ ਕਰਾਇਆ ਗਿਆ ਇਹ ਦੋਨੋਂ ਸੱਜਣ ਰੇਲ ਵਿੱਚ ਬੈਠਿਆਂ ਕੁਝ ਪ੍ਰਸ਼ਨ ਇੱਕ ਕਾਗਜ਼ ਤੇ ਲਿਖ ਕੇ ਲਿਆਏ ਸਨ ਜੋ ਉਹਨਾਂ ਦਾ ਖਿਆਲ ਸੀ ਕਿ ਜਾ ਕੇ ਪੁੱਛਾਂਗੇ ਤੇ ਇਹਨਾਂ ਦੇ ਉੱਤਰ ਸੁਣਾਂਗੇ ਪ੍ਰਸ਼ਾਦ ਦਾ ਵੇਲਾ ਆਇਆ ਨੌਕਰ ਤੋਂ ਪ੍ਰਸ਼ਾਦ ਘਰੋਂ ਚੁਕਵਾ ਕੇ ਉਹਨਾਂ ਦੇ ਕਮਰੇ ਗਏ ਪ੍ਰਸ਼ਾਦ ਨੌਕਰ ਨੇ ਪਰੋਸ ਦਿੱਤਾ ਆਪ ਕੋਲ ਬੈਠ ਗਏ ਸਰਸਰੀ ਗੱਲ ਛਿੜ ਪਈ ਉਹਨਾਂ ਦੇ ਪ੍ਰਸ਼ਾਦ ਛਕਦੇ ਆਪ ਦਾ ਸੰਵਾਦਨ ਹੁੰਦਾ ਰਿਹਾ ਜਾਂ ਪ੍ਰਸ਼ਾਦ ਛਕ ਚੁੱਕੇ ਤਾਂ ਭਾਈ ਤਖਤ ਸਿੰਘ ਜੀ ਨੇ ਕਿਹਾ ਸੁਣਾਓ ਭਾਈ ਬਿਸ਼ਨ ਸਿੰਘ ਜੀ ਜਿਹੜੇ ਸਵਾਲ ਲਿਖ ਕੇ ਲਿਆਂਦੇ ਸਨ ਕੋਈ ਬਾਕੀ ਹੈ ਜਿਸ ਦਾ ਉੱਤਰ ਬਿਨਾਂ ਪੁੱਛੇ ਨਹੀਂ ਮਿਲਿਆ ਉਹਨਾਂ ਹੱਥ ਤੋ ਕੇ ਕਾਗਜ਼ ਵੇਖਿਆ ਤਾਂ ਦੇਖਿਆ ਕਿ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਗਏ ਹਨ ਅਤੇ ਉਸੇ ਤਰਤੀਬ ਵਿੱਚ ਮਿਲੇ ਹਨ ਜਿਸ ਵਿੱਚ ਕੇ ਲਿਖੇ ਹੋਏ ਸਨ ਦੋਨੋਂ ਸੱਜਣ ਅਚੰਬਿਤ ਰਹਿ ਗਏ ਇੱਕ ਵਾਕਿਆ ਭਾਈ ਸੇਵਾ ਸਿੰਘ ਜੀ ਨੇ ਸੁਣਾਇਆ ਸੀ ਕਿ ਇੱਕ ਭਾਈ ਕਹਨ ਸਿੰਘ ਨਾਮ ਦੇ ਉਪਦੇਸ਼ਕ ਅਬਿਦਾਬਾਦ ਵਿੱਚ ਹੁੰਦੇ ਸਨ ਸਾਰਾ ਅਬਿਦਾਬਾਦ ਤਾਂ ਭਾਈ ਸਾਹਿਬ ਜੀ ਦੀ ਰਚਨਾ ਤੋਂ ਪ੍ਰਭਾਵਿਤ ਮਹਿਮਾ ਤੇ ਪ੍ਰਸੰਸਾ ਕਰਨ ਵਾਲਾ ਸੀ ਪਰ ਉਹ ਇੱਕ ਸੱਜਣ ਐਸਾ ਸੀ ਜੋ ਕਹਿੰਦਾ ਹੁੰਦਾ ਸੀ ਕਿ ਇਹਨਾਂ ਲੋਕਾਂ ਨੂੰ ਗਉ ਹੈ ਭਾਈ ਸਾਹਿਬ ਦੇ ਘਰ ਰਾਇਲ ਹੋਟਲ ਹੈ ਇਹ ਅੰਮ੍ਰਿਤਸਰ ਜਾਂਦੇ ਹਨ ਤੇ ਰਿਆਇਸ਼ ਤੇ ਖਾਣਾ ਅਮੀਰਾਨਾ ਮਿਲ ਜਾਂਦਾ ਹੈ ਤਦ ਹੀ ਮਹਿਮਾ ਕਰਦੇ ਹਨ ਚੁਨਾਨ ਚ ਕਈ ਵਾਰੇ ਉਸ ਦਾ ਇਹੋ ਹੀ ਖਿਆਲ ਦਰੜ ਰਿਹਾ ਇੱਕ ਵਾਰ ਇਸ ਦੇ ਚਿੱਤ ਵਿੱਚ ਫੁਰੀ ਕਿ ਚਲੋ ਪਰਖਿਆਤਾ ਕਰੀਏ ਕਿ ਇਹ ਸਾਰੇ ਲੋਕ ਸੱਚੇ ਹਨ ਤੇ ਸਚਮੁੱਚ ਧਾਰਮਿਕ ਖਿਆਲਾਂ ਵਾਲੇ ਉਹ ਆਮਲ ਬਾਅਮਲ ਹਨ ਜਾਂ ਮੇਰਾ ਖਿਆਲ ਹੀ ਸੱਚਾ ਹੈ ਕੁਝ ਪ੍ਰਸ਼ਨ ਕਾਗਜ਼ ਤੇ ਲਿਖ ਕੇ ਲੈ ਆਇਆ ਕਿ ਇਹ ਔਖੇ ਔਖੇ ਪ੍ਰਸ਼ਨ ਕਰਸਾਂ ਤੇ ਦੇਖਸਾਂ ਕਿ ਕਿੰਨੀ ਕੋ ਵਿਦਤਾ ਤੇ ਪਰਮਾਰਥ ਦੀ ਸੋਝੀ ਰੱਖਦੇ ਹਨ ਪ੍ਰੈਸ ਵਿੱਚ ਆਇਆ ਆਪ ਉਸ ਵੇਲੇ ਦਫ਼ਤਰ ਵਿੱਚ ਬੈਠੇ ਸਨ ਕਿਸੇ ਹੋਰ ਨਾਲ ਸਰਸਰੀ ਗਲਬਾਤ ਹੋ ਰਹੀ ਸੀ ਇਹ ਵੀ ਬੈਠ ਗਿਆ ਭਾਈ ਸੇਵਾ ਸਿੰਘ ਜੀ ਸੰਪਾਦਕ ਖਾਲਸਾ ਸਮਾਚਾਰ ਵੀ ਨਾਲ ਬੈਠੇ ਹੋਏ ਸਨ ਉਸੇ ਸਰਸਰੀ ਗਲਬਾਤ ਤੋਂ ਕਾਂਟਾ ਬਦਲ ਗਿਆ ਸੰਬੋਧਤ ਭਾਈ ਕਾਨ ਸਿੰਘ ਹੋ ਗਿਆ ਤੇ ਇੱਕ ਲੈਕਚਰ ਸ਼ੁਰੂ ਹੋ ਗਿਆ ਡੇਢ ਘੰਟਾ ਉਸ ਸਮਾਂ ਬਜ਼ਾਰਿਆ ਕਿ ਕਾਨ ਸਿੰਘ ਆਸ਼ਸ਼ ਕਰ ਉਠੇ ਭਾਈ ਸਾਹਿਬ ਤਾਂ ਉੱਠ ਕੇ ਘਰ ਨੂੰ ਚਲੇ ਗਏ ਤੇ ਭਾਈ ਕਾਨ ਸਿੰਘ ਭਾਈ ਸੇਵਾ ਸਿੰਘ ਨੂੰ ਆਪਣੀ ਜੇਬ ਵਿੱਚੋਂ ਕਾਗਜ਼ ਕੱਟ ਕੇ ਦਿਖਾ ਕੇ ਕਹਿਣ ਲੱਗਾ ਕਿ ਪੜ ਇਹ ਸਵਾਲ ਹਨ ਜੋ ਮੈਂ ਇੱਕ ਹਰਫ ਨਹੀਂ ਬੋਲਿਆ ਪਰ ਮੇਰੇ ਸਵਾਲਾਂ ਦੇ ਉੱਤਰ ਉਸੇ ਤਰਤੀਬ ਵਿੱਚ ਜਿਸ ਵਿੱਚ ਮੈਂ ਸਵਾਲ ਲਿਖੇ ਸਨ ਕੈਸੀ ਰਸਮਈ ਵਕਤਰਤਾ ਵਿੱਚ ਆਪਨੇ ਸੁਖਹਿਨਤਾ ਨਾਲ ਖੋਲ ਸੁਣਾਏ ਹਨ ਜਿਨ੍ਹਾਂ ਨੂੰ ਮੈਂ ਮੁਸ਼ਕਲ ਤੋਂ ਮੁਸ਼ਕਲ ਸਮਝਦਾ ਸਾਂ ਕਿਵੇਂ ਸਪਸ਼ਟ ਕੀਤੇ ਹਨ ਕਿ ਮੇਰੀਆਂ ਅੱਖਾਂ ਅੱਗੇ ਮੂਰਤੀਮਾਨ ਹੋ ਗਏ ਹਨ ਮੇਰੇ ਲਈ ਇਹ ਮੁਆਜਜ਼ਾ ਹੈ ਤੇ ਮੇਰਾ ਕਾਂਟਾ ਅਜਿਨਾਂ ਨੇ ਬਦਲ ਦਿੱਤਾ ਹੈ ਇਨ੍ਹਾਂ ਅੱਖਰਾਂ ਦਾ ਲੇਖਕ ਤੇ ਘਰ ਦੇ ਨੌਕਰ ਨੇ ਆਬ ਜੀ ਦੇ ਪਿਤਾ ਤੇ ਦਾਦਾ ਜੀ ਦੇ ਸੱਚੇ ਦੀਆਂ ਪੁਰਾਤਨ ਲਿਖਤੀ ਪੁਸਤਕਾਂ ਅੰਦਰੋਂ ਬੰਦ ਪਈਆਂ ਕੱਢ ਕੇ ਬਾਹਰ ਤੋਂ ਪੇਸਕਾਉਂਡ ਤੇ ਹਵਾਲਾ ਲਵਾਉਣ ਹਿਤ ਕੋਠੇ ਦੀ ਛੱਤ ਤੇ ਚਾਰ ਪਾਈਆਂ ਪਰ ਪਾਈਆਂ ਸਨ ਜੋ ਤਰੇ ਚਾਰ ਦਿਨ ਤੋਂ ਕੋਠੇ ਤੇ ਮੰਝਿਆਂ ਤੇ ਖਿਲਾ ਰਿਆਂ ਰਾਤ ਦਿਨ ਬਾਹਰ ਪਈਆਂ ਰਹਿੰਦੀਆਂ ਸਨ ਰਾਤ ਨੂੰ ਉਹਨਾਂ ਦੇ ਉੱਪਰ ਕਪੜਾ ਪਾ ਦਿੱਤਾ ਜਾਂਦਾ ਤੇ ਦਿਨੇ ਚੁੱਕ ਦਿੱਤਾ ਜਾਂਦਾ ਇੱਕ ਦਿਨ ਸ਼ਾਮਾਂ ਵੇਲੇ ਆ ਬਾਹਰ ਬਾਗ ਵਿੱਚ ਸੈਰ ਕਰਨ ਨੂੰ ਚੱਲੇ ਤਾਂ ਕੋਠੇ ਉਤੋਂ ਦੀ ਹੁੰਦੇ ਹੋਏ ਸੈਰ ਸੁਬਾਲੰਗੇ ਤਾਂ ਇਹ ਦਾਸ ਵੀ ਕੋਠੇ ਤੇ ਹੀ ਸੀ ਕਹਿਣ ਲੱਗੇ ਕਿ ਕਿਤਾਬਾਂ ਅੰਦਰ ਸਾਂਭ ਛੱਡੋ ਐਵੇਂ ਮੀ ਕਣੀ ਨਾਲ ਭੇਜ ਨਾ ਜਾਣ ਮੈਂ ਸਤਿਵਚਨ ਕਿਆ ਆਪ ਤਾਂ ਇਹ ਕਹਿੰਦੇ ਹੀਠਾਂ ਉਤਰ ਗਏ ਮੈਂ ਹੈਰਾਨ ਸਾਂ ਕਿ ਤਰੇ ਚਾਰ ਦਿਨਾਂ ਤੋਂ ਇਹ ਰਾਤ ਦਿਨ ਬਾਹਰੇ ਪਈਆਂ ਰਹੀਆਂ ਹਨ ਆਕਾਸ਼ ਨਿਰਮਲ ਹੈ ਸੋਹਣੀ ਧੁੱਪ ਲੱਗਦੀ ਰਹੀ ਹੈ ਬੱਦਲ ਕਿਤੇ ਦਿਖਾਈ ਨਹੀਂ ਦਿੰਦਾ ਫਿਰ ਪਤਾ ਨਹੀਂ ਇਹ ਕਿਉਂ ਹੁਕਮ ਦਿੱਤਾ ਹੈ ਫਿਰ خیال ਆਇਆ ਕਿ ਆਪ ਸਦਾ ਇਹੀ ਕਿਆ ਕਰਦੇ ਸਨ ਕਿ ਸਦਾ ਸੇਫ ਸਾਈਡ ਤੇ ਰਹਿਣਾ ਚਾਹੀਦਾ ਹੈ ਸੋ ਸਾਨੂੰ ਵੀ ਉਹਨਾਂ ਦੀ ਆਗਿਆ ਤੇ ਫੁੱਲ ਚੜਾਉਣੇ ਚਾਹੀਦੇ ਇਕ ਨੌਕਰ ਨੂੰ ਬੁਲਾਇਆ ਤੇ ਉਸ ਨੂੰ ਦੱਸਿਆ ਕਿ ਪਿਤਾ ਜੀ ਇਹ ਆਗਿਆ ਦੇ ਗਏ ਹਨ ਆਓ ਕਿਤਾਬਾਂ ਅੰਦਰ ਸੰਭ ਲਈਏ ਉਸ ਨੇ ਕਿਹਾ ਕਿਹੜਾ ਮੀ ਪੈਣ ਲੱਗਾ ਹੈ ਪਈਆਂ ਰਹਿਣ ਦੇ ਉਹ ਬਾਹਰੇ ਅੱਗੇ ਇਤਨੇ ਦਿਨਾਂ ਦੀਆਂ ਬਾਹਰੇ ਹੀ ਪਈਆਂ ਹਨ ਇਹ ਲਫ਼ਜ਼ ਨੌਕਰ ਦੇ ਸ੍ਰੀਮਾਨ ਸੰਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਨੇ ਸੁਣ ਲਏ ਜੋ ਨੇੜੇ ਹੀ ਆ ਰਹੇ ਸਨ ਤਾਂ ਉਹਨਾਂ ਨੇ ਕਿਹਾ ਨਾ ਭਾਈ ਇਉਂ ਨਾ ਆਕ ਪੂਰੇ ਦਾ ਕੀਤਾ ਪੂਰਾ ਹੀ ਜਾਣਦਾ ਹੈ ਤੁਸੀਂ ਹੁਕਮ ਮੰਨੋ ਪਤਾ ਨਹੀਂ ਕੋਈ ਰਮਜ਼ ਹੀ ਹੋਵੇ ਅਸਾਂ ਕਿਤਾਬਾਂ ਚੱਕ ਕੇ ਉੱਪਰਲੇ ਬਾਬਾ ਜੀ ਦੇ ਕਮਰੇ ਦੇ ਅੰਦਰ ਕੱਪੜਿਆਂ ਵਿੱਚ ਬਸਤੇ ਬੰਨ ਕੇ ਰੱਖ ਦਿੱਤੀਆਂ 22300 ਕਿਤਾਬ ਸੀ ਕੁਝ ਤਾਂ ਦਾਸ ਨੇ ਰਜਿਸਟਰ ਵਿੱਚ ਚੜਾ ਕੇ ਨੰਬਰ ਵਾਰ ਕੀਤੀਆਂ ਸਨ ਤੇ ਕੁਝ ਕੋ ਅਜੇ ਚੜਾਉਣੀਆਂ ਸਨ 10 ਦੇ ਢੇਰ ਪਏ ਸਨ ਕਿਤਾਬਾਂ ਰੱਖ ਕੇ ਅਸੀਂ ਆਪੋ ਆਪਣੀ ਘਰੀ ਜਾ ਸੁੱਤੇ ਦਿਨ ਸੁਹਾਵੇ ਜੇ ਸਨ ਜਦ ਕੇ ਨਾ ਤੂਪ ਤ੍ਰਿਖੀ ਲੱਗਦੀ ਸੀ ਤੇ ਨਾ ਰਾਤੀ ਪਹਲਾਈ ਜ਼ੋਰਾਂ ਦਾ ਹੁੰਦਾ ਸੀ ਸ਼ਾਇਦ ਫਰਵਰੀ ਜਾਂ ਮਾਰਦ ਦਾ ਮਹੀਨਾ ਸੀ ਰਾਤੀ ਬੱਦਲ ਆਏ بارش ਹੋਈ ਤੇ بارش ਵੀ ਉਹ ਜਿਸ ਨੂੰ ਮੁਸਲਾ ਧਾਰ بارش ਕਹਿੰਦੇ ਹਨ ਸਾਡੀਆਂ ਅੰਦਰ ਥੋੜੀਆਂ ਕੋ ਰੱਖੀਆਂ ਕਿਤਾਬਾਂ ਛੱਤ ਚੋ ਕੇ ਵੀ ਭਿੱਜ ਗਈਆਂ ਇਹ ਘਟਨਾ ਤਾਂ ਸਾਡੇ ਸਾਹਮਣੇ ਵਰਤੀ ਇੱਕ ਦਿਨ ਦੀ ਗੱਲ ਆਪ ਦੱਸਦੇ ਸਨ ਕਿ ਆਪ ਜੀ ਦਾ ਕੋਈ ਸਹਿਤਾਰੀ ਮਿੱਤਰ ਕਿਸੇ ਐਤਵਾਰ ਆਪ ਜੀ ਨੂੰ ਮਿਲਣ ਆਇਆ। ਇਹ ਤਦੋਂ ਦੀ ਗੱਲ ਹੈ ਜਦੋਂ ਆਪ ਛਾਪੇ ਖਾਨੇ ਦੇ ਉੱਪਰ ਨਿਵਾਸ ਰੱਖਦੇ ਸਨ। ਗੱਲਾਂ-ਬਾਤਾਂ ਹੋਈਆਂ 11 ਵਜੇ ਦੇ ਕਰੀਬ ਹੋਏ ਸਨ, ਪ੍ਰਸ਼ਾਦ ਤਿਆਰ ਹੋਇਆ ਆਪ ਦੇ ਪੁਰਾਣੇ ਮਿੱਤਰ ਵਾਸਤੇ। ਜਿੱਥੇ ਬੈਠੇ ਸਨ ਡ੍ਰੈਿੰਗ ਰੂਮ ਵਿੱਚ ਵੀ ਮੇਜ਼ ਲੱਗ ਗਈ। ਪ੍ਰਸ਼ਾਦ ਆ ਗਿਆ। ਉਸ ਪੁਰਾਣੇ ਨੇ ਕਿਹਾ ਕਿ ਆਓ ਆਪ ਵੀ ਛਕੋ ਤੇ ਨੌਕਰ ਨੂੰ ਕਿਹਾ ਕਿ ਆਪ ਜੀ ਦਾ ਪ੍ਰਸ਼ਾਦ ਵੀ ਲੈ ਆਓ ਆਪ ਜੀ ਦੇ ਮੂੰਹੋਂ ਅਚਾਨਕ ਇਹ ਗੱਲ ਨਿਕਲ ਗਈ ਕਿ ਮੈਂ ਕਿਸੇ ਦੀ ਉਡੀਕ ਵਿੱਚ ਹਾਂ ਉਹ ਆ ਲਵੇ ਤਾਂ ਪ੍ਰਸ਼ਾਦ ਛਕਸਾਂ ਤੁਸੀਂ ਛਕੋ ਤੁਸੀਂ ਟੁਰਨਾ ਹੈ ਉਹ ਸਤਿਵਚਨ ਕਹਿ ਕੇ ਛਕਣ ਲੱਗ ਪਿਆ ਆਪ ਦੇ ਚਿੱਤ ਨੇ ਆਪ ਨੂੰ ਕਿਹਾ ਮੈਂ ਇਹ ਕੀ ਕਹਿ ਬੈਠਾ ਹਾਂ ਕਿਸੇ ਦੇ ਆਉਣ ਦੀ ਖਬਰ ਨਹੀਂ ਆਈ ये लफ्ज़ बेवसे क्यों निकल गए मेरे मुंह पर ये मैं नहीं कहे सगों किसी गैबी ताकत ने कहवाए हैं आप अजे सोच ही सन प्राणुना प्रसाद अजय छक सी के बारों बुआ खड़कियां की देखते दे हैं कि डॉक्टर करतार सिंह जी लाहौर वाले अंदर आ गए नौकर ने असबाब ऊपर रखिया आपने पूछिया सुनाओ प्रसाद छकायो ਉਸਨੇ ਕਿਹਾ ਲਓ ਹੋਰ ਸੁਣੋ ਆਉਣਾ ਐ ਐਤਵਾਰ ਨੂੰ ਛੁੱਟੀ ਮਨਾਵਣ ਤੇ ਰੋਟੀ ਘਰੋਂ ਖਾ ਕੇ ਆਉਣਾ ਇਹ ਕਿੱਥੇ ਲਿਖਿਆ ਹੈ ਤੇ ਤੁਸੀਂ ਸੁਣਾਓ ਆਪ ਜੀ ਨੇ ਤਾਜੇ ਪ੍ਰਸ਼ਾਦ ਨਹੀਂ ਨਾ ਛਕਿਆ ਮੈ راہ ਵਿੱਚ ਅਰਦਾਸ ਕਰਦਾ ਆਇਆ ਹਾਂ ਕਿ ਕਿਤੇ ਆਪ ਪ੍ਰਸ਼ਾਦ ਨਾ ਮੇਰੇ ਆਉਣ ਤੋਂ ਪਹਿਲਾਂ ਛਕ ਬੈਠੋ ਹੋਵੇ ਤਾਂ ਜੋ ਮੈਂ ਆਪ ਨਾਲ ਬੈਠ ਕੇ ਇੱਕੇ ਮੇਜ਼ ਤੇ ਪ੍ਰਸ਼ਾਦ ਛਕ ਪਰੌਣੇ ਨੂੰ ਵੀ ਜਦ ਇਹ ਪਤਾ ਲੱਗਾ ਕਿ ਆਪਨੇ ਸੱਜਣ ਦੇ ਆਉਣ ਦੀ ਕੋਈ ਖਬਰ ਨਾ ਸੀ ਇਹ ਵਾਕ ਬੇਵਸੇ ਹੋਏ ਸਨ ਤਾਂ ਉਹ ਵੀ ਚਕ੍ਰਿਤ ਰਹਿ ਗਏ ਆਪਨੇ ਕਿਹਾ ਇਹ ਮੇਰੀ ਕਰਾਮਾਤ ਨਹੀਂ ਮੈਨੂੰ ਇਸ ਦੀਆਂ ਅਰਦਾਸਾਂ ਹੁੰਦੀਆਂ ਨਹੀਂ ਦਿਸੀਆਂ ਇਹ ਲਫ਼ਜ਼ ਬੇਵਸੇ ਤੇ ਮੇਰੇ ਵਸੀਕਾਰ ਤੋਂ ਬਾਹਰ ਹੋ ਕੇ ਨਿਕਲੇ ਹਨ ਜਿਸ ਦਾ ਮੈਨੂੰ ਪਿੱਛੋਂ ਬੜਾ ਪਛਤਾਪ ਰਿਹਾ ਪਰ ਆਪ ਧੰਗੁਰ ਨਾਨਕ ਦੇਵ ਅੰਦਰ ਕੀ ਕਰਤਬ ਕਰ ਰਿਆ ਸੀ ਉਹ ਜਾਣੇ ਮੈਨੂੰ ਕੀ ਪਤਾ ਕਿ ਇਸ ਦੀਆਂ ਅਰਦਾਸਾਂ ਸੁਣ ਕੇ ਉਹ ਆਪ ਉਸ ਵੇਲੇ ਪ੍ਰਸ਼ਾਦ ਛਕਣ ਤੋਂ ਮੈਨੂੰ ਰੋਕ ਰਿਹਾ ਸੀ ਇੱਕ ਵੇਰਾਂ ਦੀ ਗੱਲ ਆਪਨੇ ਦੱਸੀ ਕਿ ਆਪ ਅੰਮ੍ਰਿਤ ਵੇਲੇ ਆਪਣੇ ਬੈਡਰੂਮ ਲਾਰੈਂਸ ਰੋਡ ਕੋਠੀ ਵਿੱਚ ਸਿਮਰਨ ਵਿੱਚ ਮਗਨ ਸਨ ਕਿ ਯਕਾ ਯਕਾਬ ਦੀ ਯਾਦ ਵਿੱਚ ਲਾਲ ਸਿੰਘ ਲਾਲ ਸਿੰਘ ਆ ਗਿਆ ਕਿਹੜਾ ਲਾਲ ਸਿੰਘ ਸੋਚ ਰਹੇ ਸਨ ਪਰ ਕੋਈ ਸਜਣ ਮਿੱਤਰ ਯਾਦ ਨਾ ਆਇਆ ਇਸ ਨਾਮ ਦਾ ਜਿਸ ਬਾਬਤੇ ਖਿਆਲ ਆਵੇ ਕਿ ਸ਼ਾਇਦ ਇਕ ਚਿਤ ਕਿਸੇ ਨੇ ਯਾਦ ਕੀਤਾ ਹੋਵੇ ਤੇ ਉਸ ਦੀ ਇਕਾਗਰ ਬਿਰਤੀ ਨੇ ਮੇਰੇ ਚਿੱਤ ਤੇ ਅਸਰ ਕੀਤਾ ਹੋਵੇ ਇਸ ਉਦੇੜ ਬੁੰਨ ਵਿੱਚ ਰਸ ਜੋ ਪੈ ਰਿਆ ਸੀ ਟੁੱਟ ਗਿਆ ਕੁਚਿਰ ਬੈਠੇ ਤੇ ਫਿਰ ਉੱਠ ਕੇ ਬਾਹਰ ਟੈਲਣ ਨੂੰ ਨਿਕਲਣ ਲੱਗੇ ਤਾਂ ਬਾਹਰ ਆਪ ਦੇ ਕਮਰੇ ਦੇ ਬੂਏ ਨਾਲ ਇੱਕ ਬੀਬੀ ਬੈਠੀ ਸੀ ਉਸ ਨੇ ਸਤਕਾਰ ਕੀਤਾ ਆਪਨੇ ਸਿਆਣਿਆਂ ਤਾਂ ਪਤਾ ਲੱਗਾ ਕਿ ਭਾਈ ਉਤਮ ਸਿੰਘ ਰਾਗੀ ਗ੍ਰਾਮੋਫੋਨ ਵਾਲਿਆਂ ਦੀ ਸੁਪੁੱਤਰੀ ਜੀਓ ਹੈ ਜਿਸ ਦਾ ਵਿਆਹ ਸਰਦਾਰ ਲਾਲ ਸਿੰਘ ਜੀ ਢਿੰਗਰਾ ਇੰਪੋਰਟ ਐਂਡ ਐਕਸਪੋਰਟ ਏਜੰਟ ਨਾਲ ਹੋਇਆ ਹੈ ਆਪਨੇ ਪੁੱਛਿਆ ਤੁਸੀਂ ਕਿੱਥੋਂ ਉਸਨੇ ਕਿਹਾ ਜੀ ਅੰਮ੍ਰਿਤ ਵੇਲੇ ਹੀ ਸੈਰ ਕਰਨ ਆਏ ਸਾਂ ਮੈਂ ਤੇ ਮੇਰੇ ਪਤੀ ਜੀ ਜੋ ਬਾਹਰ ਡੇਉੜੀ ਵਿੱਚ ਬੈਠੇ ਹਨ ਕਈ ਦਿਨਾਂ ਤੋਂ ਤਰਸਦੇ ਸਾਂ ਕਿ ਕਿਵੇਂ ਪਿਛਲੀਆਂ ਉਦਾਸੀਆਂ ਵਾਲੀਆਂ ਗੱਲਾਂ ਜੋ ਕਦੇ ਭੁੱਲ ਵਿੱਚ ਹੀ ਆਪ ਨਾਲ ਵਿਟਰ ਬੈਠੇ ਸਾਂ ਉਹ ਭੁੱਲਾਂ ਬਖਸ਼ਾਈਏ ਅੰਮ੍ਰਿਤ ਵੇਲੇ ਆਪ ਦੇ ਦਰਵਾਜ਼ੇ ਕੋਲੋਂ ਰੋਜ਼ ਹੋ ਕੇ ਮੜ ਜਾਂਦੇ ਸਾਂ ਹੀਆਂ ਨਹੀਂ ਸੀ ਪੈਂਦਾ ਅੱਜ ਇਹ ਦਲੇਰੀ ਕਰ ਹੀ ਲਈ ਹੈ ਡਰ ਦੇ ਡਰ ਦੇ ਕੋਠੀ ਅੰਦਰ ਆ ਹੀ ਗਏ ਹਾਂ ਹੁਣ ਭੁੱਲਾਂ ਬਖਸ਼ੋ ਆਪ ਨੇ ਕਿਹਾ ਮੈਨੂੰ ਤਾਂ ਯਾਦ ਨਹੀਂ ਮੈਂ ਕਦੇ ਆਪ ਨਾਲ ਕਿਸੇ ਵੇਲੇ ਉਦਾਸੀ ਦੇ ਲਫ਼ਜ਼ ਕਹੇ ਹੋਣ ਸਗੋਂ ਮੈਨੂੰ ਤਾਂ ਉਹ ਵੇਲਾ ਯਾਦ ਆ ਗਿਆ ਹੈ ਜਦ ਤੁਸੀਂ ਗੁਆਂਢ ਰਹਿੰਦੇ ਹੁੰਦੇ ਸੋ ਫਿਰ ਤੁਹਾਨੂੰ ਨਹੀਂ ਵੇਖਿਆ ਤੁਹਾਡੀਆਂ ਵਿਆਹ ਸ਼ਾਦੀਆਂ ਮੈਂ ਵੇਖੀਆਂ ਹਨ ਅੱਜ ਅਚਾਨਕ ਤੁਸੀਂ ਆਇਓ ਬੀਬੀ ਜੀਓ ਜੀ ਕਹਿਣ ਲੱਗੇ ਤੁਸੀਂ ਤਾਂ ਕੁਝ ਨਹੀਂ ਸਿੱਖਿਆ ਸਾਡੇ ਚਿੱਤੀ ਕਿਸੇ ਗਲਤੀ ਨੇ ਆਪ ਵੱਲੋਂ ਕੁਝ ਕਸ਼ੀਦਗੀ ਨਾਲ ਮੈਲੇ ਕਰ ਦਿੱਤੇ ਸਨ ਹੁਣ ਸਾਨੂੰ ਸੋਝੀ ਆਈ ਹੈ ਕਿ ਗਲਤੀ ਸਾਡੀ ਸੀ ਪਛਤਾਪ ਕੀਤਾ ਹੈ ਸੁਖਿਮਾ ਕਰੋ ਨਾਲੇ ਪਤੀ ਜੀ ਨੂੰ ਦਰਸ਼ਨ ਬਖਸ਼ੋ ਆਪਨੇ ਕਿਹਾ ਮੇਰਾ ਕਿਸੇ ਨਾਲ ਵਿਰੋਧ ਨਹੀਂ ਤੁਸੀਂ ਸਰਦਾਰ ਲਾਲ ਸਿੰਘ ਜੀ ਨੂੰ ਲੈ ਆਓ ਤੇ ਇਉਂ ਉਹਨਾਂ ਨੂੰ ਅੰਦਰ ਬੁਲਾ ਕੇ ਮਿਲੇ ਇਹ ਵਾਕਿਆ ਸੰਮਤ 1930 ਤੇ 33 ਦੇ ਵਿਚਕਾਰ ਹੋਇਆ ਹੈ ਇਸੇ ਤਰ੍ਹਾਂ ਸੰਮਤ 1931 ਬੱਤੀ ਵਿੱਚ ਇੱਕ ਹੋਰ ਵਾਕਿਆ ਹੋਇਆ ਹੈ ਜੋ ਉਪਰੋਕਤ ਸਾਰਿਆਂ ਨਾਲੋਂ ਹੀ ਜ਼ਿਆਦਾ ਦਿਲਚਸਪ ਹੈ ਉਹ ਇਹ ਹੈ ਕਿ ਇੱਕ ਗਰੀਬ ਬੀਬੀ ਜੀ ਨਾਮ ਸ਼ਿਵਾਜੀ ਮਿਸਿਸ ਬੀ ਐ ਸਿੰਘ ਲਾਹੌਰ ਜਿਨ੍ਹਾਂ ਨੂੰ ਆਮ ਤੌਰ ਤੇ 22 ਜੀ ਸੱਦੇ ਹਨ ਲਾਹੌਰੋਂ ਆਇਆ ਕਰਦੇ ਸਨ ਜੋ ਪਰਮਾਰਥ ਦੇ ਖੋਜੀ ਸਨ ਤੇ ਬੜੀਆਂ ਥਾਵਾਂ ਤੇ ਸਾਧੂਆਂ ਫਕੀਰਾਂ ਪਾਸੋਂ ਆਤਮਿਕ ਸ਼ਕਤੀ ਖੋਜ ਚੁੱਕੇ ਸਨ ਪਰ ਸ਼ਾਂਤੀ ਪ੍ਰਾਪਤ ਨਹੀਂ ਸੀ ਹੋਈ ਕਿਸੇ ਮੌਕੇ ਆਪ ਦੇ ਵਚਨ ਸੁਣੇ ਸਨ ਤੇ ਚਿਤ ਨੂੰ ਸੁਖ ਪ੍ਰਾਪਤ ਹੋਇਆ ਸੀ ਇਹ ਵੀ ਬੀਬੀ ਅਮੀਰ ਘਰਾਣੇ ਦੀ ਹੈ ਤੇ ਵਰਤੋ ਵਰਤਾਵੇ ਇਹਨਾਂ ਦੇ ਘਰ ਦੇ ਸਾਰੇ ਪਛਮੀ ਹਨ ਇਸ ਬੀਬੀ ਦੀ ਇਹ ਸ਼ਾਂਤ ਪ੍ਰਾਪਤ ਦਸ਼ਾ ਵੇਖ ਕੇ ਇੱਕ ਹੋਰ ਬੰਗਾਲਣ ਬੀਬੀ ਜਿਸ ਦਾ ਨਾਮ ਸ਼ਾਂਤੀ ਸੀ ਜੋ ਦੇਵੀ ਉਪਾਸ਼ਕ ਸੀ ਨੇ ਪੁੱਛਿਆ ਕਿ ਕਿੱਥੋਂ ਇਹ ਸੁਖ ਪ੍ਰਾਪਤ ਕੀਤਾ ਹੈ ਮੈਂ ਤੈਨੂੰ ਜਦ ਦੇਖਦੀ ਹਾਂ ਹਰ ਵੇਲੇ ਖੁਸ਼ ਤੇ ਖਿੜੇ ਮਥੇ ਹੁੰਦੀ ਹੈ ਤੇ ਕਿਸੇ ਸੁਖ ਵਿੱਚ ਦਿਖਾਈ ਦਿੰਦੀ ਹੈ ਮੇਰੀ ਪਟਕਣਾ ਵੀ ਦੂਰ ਕਰਾ ਨੇਮ ਤਰਮ ਪਾਠ ਪੂਜਾ ਬੜੀ ਕਰਦੀ ਹਾਂ ਦੇਵੀ ਨੂੰ ਵੀ ਰੋਜ਼ ਪ੍ਰਣ ਧਾਰ ਕੇ ਭੋਗ ਲਗਾਉਂਦੀ ਹਾਂ ਆਪ ਰੋਟੀ ਪਿੱਛੋਂ ਖਾਂਦੀ ਹਾਂ ਪਰ ਫਿਰ ਵੀ ਠੰਡ ਤੇ ਤੇਰੇ ਵਰਗਾ ਖੇੜਾ ਮੈਨੂੰ ਪ੍ਰਾਪਤ ਨਹੀਂ ਉਹ ਬੀਬੀ ਸ਼ਿਵਾ ਉਸ ਨੂੰ ਆਪਣੇ ਘਰ ਬਾਬਾ ਜੀ ਦੇ ਪ੍ਰਕਾਸ਼ ਵਾਲੇ ਕਮਰੇ ਵਿੱਚ ਲੈ ਗਈ ਦੱਸਿਆ ਮੈਨੂੰ ਸੁਖ ਇਸ ਬਾਣੀ ਤੋਂ ਪ੍ਰਾਪਤ ਹੋਇਆ ਹੈ ਉਸ ਬੀਬੀ ਨੇ ਵੀ ਉੱਥੇ ਪ੍ਰਤੀਤ ਕੀਤਾ ਕਿ ਉਸ ਕਮਰੇ ਵਿੱਚ ਵਾਕਈ ਸੁਖ ਹੈ ਠੰਡ ਹੈ ਮਿੱਠਾ ਮਿੱਠਾ ਕੁਝ ਸੁਹਾਵ ਤੇ ਰਸ ਹੈ ਉਸਨੇ ਫਿਰ ਕਿਹਾ ਕਿ ਮੈਨੂੰ ਦਰਕਰ ਉਹ ਮਹਾਪੁਰਸ਼ ਦੱਸ ਜਿੱਥੋਂ ਤੈਨੂੰ ਇਹ ਰਾਹ ਮਿਲਿਆ ਹੈ ਉਸ ਨੇ ਉਸ ਨੂੰ ਦੱਸਿਆ ਕਿ ਮੈਂ ਖੁਦ ਉਨ੍ਹਾਂ پاسੋਂ ਬਿਨਾਂ ਆਗਿਆ ਪ੍ਰਾਪਤ ਕੀਤੇ ਕੁਝ ਨਹੀਂ ਦੱਸ ਸਕਦੀ। ਬੀਬੀ ਸ਼ਿਵਾਜੀ ਆਪ ਇਸ ਵਾਕਿਆ ਬਾਰੇ ਸਾਖ ਪਰਦੇ ਹੋਏ ਇਉਂ ਲਿਖਦੇ ਹਨ। ਇਹ 1931 ਦੀ ਗੱਲ ਹੈ ਜਦ ਮੈਂ ਬੱਚਿਆਂ ਨੂੰ ਲੈ ਕੇ ਕੋਹਮਰੀ ਪਹਾੜ ਤੇ ਗਰਮੀਆਂ ਦੀਆਂ ਛੁੱਟੀਆਂ گزارਣ ਜਾਣਾ ਸੀ। ਇੱਕ ਦਿਨ ਤੋਂ ਰੋਂ ਤੋਂ ਪਹਿਲਾਂ ਬੀਬੀ ਜੈ ਜੀ ਮਿਸ ਸਰਦਾਰ ਅਜੀਤ ਸਿੰਘ ਆਈ ਮਿਲਣ ਵਾਸਤੇ ਉਸਦੇ ਨਾਲ ਇੱਕ ਬੰਗਾਲੀ ਲੇਡੀ ਵੀ ਆਈ ਗੱਲਾਂ-ਬਾਤਾਂ ਕਰਦਿਆਂ ਜੈਜੀ ਨੇ ਪੁੱਛਿਆ ਆਂਟੀ ਸ੍ਰੀ ਦਰਬਾਰ ਸਹਿ ਮੱਥਾ ਟੇਕਣ ਕੱਜ ਜਾਣਾ ਹੈ ਤੁਸੀਂ ਤਾਂ ਕੱਲ੍ਹ ਕੋ ਹੁਮਰੀ ਜਾ ਰਹੇ ਹੋ ਮੈਂ ਕਿਹਾ ਕਿ ਸਵੇਰੇ 3 ਵਜੇ ਮੋਟਰ ਤੇ ਜਾਣ ਦੀ ਸਲਾਹ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਵੀ ਨਾਲ ਲੈ ਚਲਿਓ ਮੈਂ ਕਿਹਾ ਸਵੇਰੇ 3 ਵਜੇ ਤਿਆਰ ਹੋ ਕੇ ਆ ਜਾਵੀਂ ਬੰਗਾਲੀ ਲੇਡੀ ਜਿਸ ਦਾ ਨਾਮ ਸ਼ਾਂਤੀ ਹੈ ਉਸਨੇ ਕਿਹਾ ਮੈਂ ਵੀ ਨਾਲ ਚਲਾਂਗੀ ਮੈਂ ਦੱਸਿਆ ਕਿ ਪਹਿਲੇ ਸ੍ਰੀ ਦਰਬਾਰ ਸਾਹਿਬ ਜਾਣਾ ਹੈ ਉੱਥੇ ਮੱਥਾ ਟੇਕ ਕੇ ਫਿਰ ਅਸਾਂ ਕਿਸੇ ਦੇ ਘਰ ਜਾਣਾ ਹੈ ਪਰ ਤੂੰ ਉਹਨਾਂ ਦੀ ਵਾਕਿਫ ਨਹੀਂ ਤੂੰ ਕਿਸ ਤਰ੍ਹਾਂ ਉਹਨਾਂ ਦੇ ਘਰ ਜਾ ਸਕਦੀ ਹੈ ਉਹ ਇਹ ਸੁਣ ਕੇ ਚੁੱਪ ਹੋ ਗਈ ਪਰ ਅੰਮ੍ਰਿਤ ਵੇਲੇ 3 ਵਜੇ ਤੋਂ ਪਹਿਲਾਂ ਹੀ ਉਹ ਦੋਨੋਂ ਮੇਰੇ ਘਰ ਪਹੁੰਚ ਗਈਆਂ ਤੇ ਬੰਗਾਲਨ ਲੇਡੀ ਵੀ ਨਾਲ ਸਾਢੇ ਚੱਲ ਪਈ ਅਸੀਂ ਸੋਚਾਂ ਵਿੱਚ ਪੈ ਗਈਆਂ ਕਿ ਹੁਣ ਕੀ ਕਰੀਏ ਦਰਬਾਰ ਸਹਿ ਮੱਥਾ ਟੇਕ ਕੇ ਇਸ ਨੂੰ ਕਿੱਥੇ ਛੱਡੀਏ ਬਿਨਾਂ ਆਗਿਆ ਲੀਤੇ ਮਹਾਪੁਰਸ਼ਾਂ ਕੋਲ ਜਾਣਾ ਚੰਗਾ ਨਹੀਂ ਖੈਰ ਸ੍ਰੀ ਦਰਬਾਰ ਸਹਿ ਪਾਲਕੀ ਸਹਿਬ ਦੇ ਅਸਾਂ ਦਰਸ਼ਨ ਕੀਤੇ ਤੇ ਕੁਝ ਕੀਰਤਨ ਸੁਣ ਸਤਕਾਰਯੋਗ ਭਾਈ ਸਾਹਿਬ ਜੀ ਦੀ ਕੋਠੀ ਚਲੇ ਗਏ ਬੰਗਾਲਣ ਬੀਬੀ ਨੂੰ ਵਰਾਂਡੇ ਵਿੱਚ ਬਿਠਾ ਕੇ ਅਸੀਂ ਅੰਦਰ ਗਈਆਂ ਅੰਦਰ ਪਿਤਾ ਜੀ ਆਪਣੇ ਸਿਮਰਨ ਵਿੱਚ ਮਗਨ ਬੈਠੇ ਸਨ ਥੋੜੀ ਦੇਰ ਬਾਅਦ ਉਹਨਾਂ ਨੇ ਨੈਣ ਖੋਲੇ ਤੇ ਸਾਢੇ ਵੱਲ ਤੱਕਿਆ ਫਤਿਹ ਬੁਲਾਈ ਪੁੱਛਿਆ ਤੁਸੀਂ ਆਈਆਂ ਦਿਨ ਸੀ ਤੀਜੀ ਨੂੰ ਨਾਲ ਕਿਉਂ ਨਹੀਂ ਲਿਆਈਆਂ ਅਸਾਂ ਕਿਹਾ ਜੀ ਬਿਨਾ ਆਗਿਆ ਲੈ ਲਿਆਉਣਾ ਠੀਕ ਨਹੀਂ ਜਾਂਦਾ ਤੇ ਅਸੀਂ ਵਰਾਂਡੇ ਵਿੱਚ ਉਸ ਨੂੰ ਬਿਠਾ ਆਇਆ ਕਹਿਣ ਲੱਗੇ ਤੁਸਾਂ ਨੂੰ ਅਸੀਂ ਅੱਗੇ ਵੀ ਮਿਲੇ ਹੋਏ ਹਾਂ ਥੋੜੀ ਦੇਰ ਬਾਅਦ ਉਹਨਾਂ ਨੇ ਕਿਹਾ ਤੁਸੀਂ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚਲੋ ਅੱਜ ਸੰਗਰਾਂਦ ਹੈ ਤੇ 12 ਮਾਂ ਦਾ ਪਾਠ ਕਰਨਾ ਹੈ ਅਸੀਂ ਪਹੁੰਚਿਆ ਤਾਂ ਆਪ ਵੀ ਉਥੇ ਗੁਰਦੁਆਰੇ ਆ ਗਏ ਕੜਾ ਪ੍ਰਸ਼ਾਦ ਤਿਆਰ ਸੀ ਆਪਨੇ ਤਾਬਿਆ ਬੈਠ ਕੇ ਹੁਕਮ ਲਿਆ ਤੇ ਇੱਕ ਤੁਕ ਦੇ ਅਰਥ ਸਮਝਾਏ 12 ਮਾਂ ਦਾ ਪਾਠ ਹੋ ਕੇ ਅਰਦਾਸਾ ਹੋਇਆ ਤੇ ਕੜਾ ਪ੍ਰਸ਼ਾਦ ਵਰਤਾਇਆ ਗਿਆ ਜਦ ਸ਼ਾਂਤੀ ਨੂੰ ਦੇਣ ਲੱਗੇ ਤਾਂ ਉਸਨੇ ਹੱਥ ਜੋੜ ਕੇ ਕਿਹਾ ਮੈਂ ਅਜੇ ਦੇਵੀ ਦਾ ਨਵੇਦਨ ਨਹੀਂ ਕੀਤਾ ਮੈਨੂੰ ਖਿਮਾ ਕਰੋ ਅਜੇ ਮੂੰਹ جھూਠਾ ਨਹੀਂ ਕਰਨਾ ਪਰ ਰਖ ਲੈਂਦੀ ਹਾਂ ਲਾਹੌਰ ਜਾ ਕੇ ਦੇਵੀ ਪੂਜਨ ਕਰਕੇ ਫਿਰ ਖਾ ਲਵਾਂਗੀ ਉਸ ਵੇਲੇ ਪਿਤਾ ਜੀ ਫਰਮਾਇਆ ਦੇਵੀ ਦੀ ਪੂਜਾ ਹੋ ਗਈ ਹੈ ਤੁਸੀਂ ਪ੍ਰਸ਼ਾਦ ਛਕ ਲਓ ਪਰ ਸ਼ਾਂਤੀ ਨੇ ਕਿਹਾ ਕਿ ਮੇਰੇ ਘਰ ਵਿੱਚ ਪੂਜਾ ਕਰਨ ਵਾਲਾ ਕੋਈ ਨਹੀਂ ਹੈ ਆਹ ਫਿਰ ਚੁੱਪ ਹੋ ਗਏ ਫਿਰ ਅਸੀਂ ਬਾਹਰ ਆ ਕੇ ਖਾਣੇ ਵਾਲੇ ਕਮਰੇ ਵਿੱਚ ਨਾਸ਼ਤਾ ਕੀਤਾ ਤੇ ਰਾਤ ਨੂੰ ਲਾਹੌਰੋਂ ਗੱਡੀ ਫੜਨੀ ਸੀ ਸੋ ਲਾਹੌਰ ਲਈ ਮੈਂ ਕਾਲੀ ਸਾਂ ਪਿਤਾ ਜੀ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਬਾਗ ਦੀ ਸਬਜ਼ੀ ਤੇ ਫਲ ਟੋਕਰੀਆਂ ਵਿੱਚ ਸਾਨੂੰ ਪਾ ਕੇ ਦਿੱਤੇ ਤੇ ਨਾਲ ਹੀ ਹੱਸਦੇ ਹੋਇਆ ਕਿਹਾ ਇਸ ਤੇ ਤਿੰਨ ਹਿੱਸੇ ਕਰਨੇ 22 ਜ਼ਿਆਦਾ ਨਾ ਲੈ ਜਾਏ ਸਾਰੇ ਹੱਸ ਪਏ ਅਸੀਂ ਵਾਪਸ ਲਾਹੌਰ 9 ਵਜੇ ਪਹੁੰਚ ਗਏ ਸ਼ਾਂਤੀ ਦਾ ਘਰ ਪਹਿਲੇ ਆਉਂਦਾ ਸੀ ਸੋ ਫਲ ਫਰੂਟ ਤੀਜਾ ਹਿੱਸਾ ਵੰਡ ਕੇ ਉਸ ਨੂੰ ਉੱਥੇ ਉਤਾਰ ਦਿੱਤਾ ਉਹ ਕਹਿਣ ਲੱਗੀ ਸਰਾ ਠਹਿਰੋ ਮੈਂ ਟੋਕਰੀ ਖਾਲੀ ਕਰਕੇ ਦੇਂਦੀ ਹਾਂ ਉਹ ਅੰਦਰ ਗਈ ਪਰ ਚੀਖਾਂ ਮਾਰਦੀ ਬਾਹਰ ਆ ਗਈ ਆਂਟੀ ਆਂਟੀ ਦੇਵੀ ਦੀ ਪੂਜਾ ਤਾਂ ਪਹਿਲੇ ਹੋਈ ਪਈ ਹੈ ਹਾਏ ਹਾਏ ਮੈਮੂ ਰੱਖਨੇ ਮਹਾਪੁਰਖਾਂ ਦੀ ਆਗਿਆ ਨਾ ਮੰਨੀ ਮੈਨੂੰ ਹੁਣ ਅੰਮ੍ਰਿਤਸਰ ਵਾਪਸ ਲੈ ਕੇ ਚੱਲੋ ਮੈਂ ਉਹਨਾਂ ਮਹਾਪੁਰਖਾਂ ਤੋਂ ਆਪਣੀ ਗੁਸਤਾਖੀ ਦੀ ਪੂਲ ਬਖਸ਼ਾਵਾਂਗੀ ਨਹੀਂ ਤਾਂ ਭਈ ਤੜਫਦੀ ਰਹਾਂਗੀ ਮੈਂ ਉਸ ਨੂੰ ਕਿਹਾ ਮੇਰਾ ਜਾਣਾ ਹੁਣ ਮੁਸ਼ਕਲ ਹੈ ਬਾਵਾ ਜੀ ਨੇ ਹੁਣੇ ਆ ਜਾਣਾ ਹੈ ਤੇ ਅਸਾਂ ਸਾਰਾ ਸਮਾਨ ਪੈਕ ਕਰਨਾ ਹੈ ਪਰ ਉਸ ਨੇ ਗੁਰੂ ਨਾਨਕ ਦਾ ਵਾਸਤਾ ਪਾਇਆ ਤਾਂ ਮੈਂ ਚੱਲ ਨਾ ਸਕੀ ਉਸੇ ਕਾਰ ਤੇ ਵਾਪਸ ਅੰਮ੍ਰਿਤਸਰ ਨੂੰ ਮੁੜ ਪਈਆਂ ਕੋਠੀ ਪਹੁੰਚੀਆਂ ਤਾਂ ਦੁਪਹਿਰ ਦੇ ਖਾਣੇ ਦਾ ਵੇਲਾ ਸੀ ਤੇ ਖਾਣੇ ਦੀ ਮੇਜ਼ ਲੱਗੀ ਹੋਈ ਸੀ ਤੇ ਸਭੇ ਬੈਠੇ ਛਕ ਰਹੇ ਸਨ ਸ਼ਾਂਤੀ ਪਿਤਾ ਜੀ ਦੀ ਕੁਰਸੀ ਪਾਸ ਬੈਠ ਕੇ ਰੋ ਰਹੀ ਸੀ ਪਿਤਾ ਜੀਓ ਇਸ ਬੱਚੀ ਦੀ ਗੁਸਤਾਖੀ ਮਾਫ ਕਰ ਦਿਓ ਮੈਂ ਤੁਸਾਂ ਦਾ ਹੁਕਮ ਨਹੀਂ ਮੰਨਿਆ ਗੁਰੂ ਕਾ ਪ੍ਰਸ਼ਾਦ ਆਪ ਦੇ ਕੇ ਕਹੇ ਉਸੇ ਵੇਲੇ ਨਹੀਂ ਖਾਦਾ ਘਰ ਗਈ ਤਾਂ ਪਤਾ ਲੱਗਾ ਕਿ ਮਿਸਟਰ ਚੈਟਰਜੀ ਜਿਨ੍ਹਾਂ ਕੋਟ ਜਾਣਾ ਸੀ ਉਨਾ ਮੇਰੀ ਵੱਡੀ ਲੜਕੀ ਨੂੰ ਕਿਹਾ ਕਿ ਤੂੰ ਦੇਵੀ ਪੂਜਨ ਕਰ ਦੇ ਤਾਂ ਜੋ ਮੈਂ ਰੋਟੀ ਖਾ ਕੇ ਕੋੜ ਜਾਵਾਂ ਉਸਨੇ ਕਿਹਾ ਕਿ ਮੈਨੂੰ ਜਾਂਚ ਨਹੀਂ ਤਾਂ ਚੈਟਰ ਜੀ ਨੇ ਕਿਹਾ ਜਿਵੇਂ ਰੋਜ਼ ਆਪਣੀ ਮਾਤਾ ਨੂੰ ਕਰਦੇ ਆਂ ਦੇਖਦੇ ਆਂ ਉਸੇ ਤਰ੍ਹਾਂ ਕਰ ਦੇ ਉਹ ਪੂਜਾ ਕਰਕੇ ਕਾਲ ਚਲੀ ਗਈ ਤੇ ਚੈਟਰ ਜੀ ਖਾਣਾ ਖਾ ਕੇ ਕੋੜ ਚਲੇ ਗਏ ਹੁਣ ਪਿਤਾ ਜੀਓ ਤੁਸੀਂ ਆਪਣੇ ਥਾਲ ਵਿੱਚੋਂ ਆਪਣਾ ਸੀਤ ਪ੍ਰਸ਼ਾਦ ਮੈਨੂੰ ਦਿਓ ਤਾਂ ਕਿ ਸੁਖੀ ਹੋਵਾਂ ਪਿਤਾ ਜੀ ਨੇ ਫਰਮਾਇਆ ਐਸਾ ਸੀ ਕਦੇ ਨਹੀਂ ਕੀਤਾ ਸੋ ਸੁਚੀ ਪਲੇਟ ਵਿੱਚ ਭੋਜਨ ਪਰੋਸਵਾ ਕੇ ਮੇਸ ਤੇ ਨਾਲ ਬਿਠਾ ਕੇ ਪ੍ਰਸ਼ਾਦ ਛਕਾਇਆ ਪ੍ਰਸ਼ਾਦ ਛਕ ਕੇ ਅਸੀਂ ਵਾਪਸ ਲਾਹੌਰ ਆ ਗਈਆਂ ਤੇ ਮੈਂ ਘਰ ਪਹੁੰਚ ਛੇਤੀ ਛੇਤੀ ਸਾਮਾਨ ਪੈਕ ਕਰਕੇ ਰਾਤ ਦੀ ਗੱਡੀ ਕੋ ਹਮਰੀ ਜਾਣ ਲਈ ਫੜੀ ਇਹ ਵਾਕਿਆ ਬੀਬੀ ਸ਼ਿਵਾ ਜਿਸ ਨੂੰ ਬਹੁਤ ਕਰਕੇ ਅਸੀਂ ਬਾਵੀ ਜੀ ਸੱਦੇ ਹਾਂ ਉਹਨਾਂ ਨਾਲ ਵਰਤਿਆ ਤੇ ਉਹਨਾਂ ਦਾ ਲਿਖ ਕੇ ਭੇਜਿਆ ਹੋਇਆ ਹੈ ਇਸ ਵਾਕਿਆ ਪਰ ਕਿਸੇ ਪੁੱਛਣਹਾਰ ਨੇ ਭਾਈ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਆਪਨੇ ਦੇਵੀ ਪੂਜਨ ਹੁੰਦਾ ਅਨਭਾਉ ਵਿੱਚ ਵੇਖਿਆ ਸੀ ਤਾਂ ਆਪਨੇ ਉੱਤਰ ਇਹ ਹੀ ਦਿੱਤਾ ਸੀ ਕਿ ਨਹੀਂ ਨਾ ਮੈਂ ਪੂਜਨ ਹੁੰਦਾ ਵੇਖਿਆ ਤੇ ਨਾ ਇਹਨਾਂ ਦੀ ਲੜਕੀ ਨੂੰ ਪੂਜਨ ਕਰਦੀ ਤੱਕਿਆ ਬੇਵਸੇ ਲਫ਼ਜ਼ ਮੇਰੇ ਮੂੰਹੋਂ ਨਿਕਲੇ ਮੈਂ ਜਾਣ ਬੁੱਝ ਕੇ ਕੁਝ ਨਹੀਂ ਕਿਹਾ ਸ਼ਾਇਦ ਬੁੱਲੇ ਸ਼ਾਨ ਨੇ ਵੀ ਇਸੇ ਲਈ ਕਿਹਾ ਸੀ ਬੁੱਲਿਆ ਮੈਂ ਕੀ ਜਾਣਾ ਮੈਂ ਕੌਣ ਕਰਨ ਹਾਰ ਤਾਂ ਕੋਈ ਹੋਰ ਹੱਥ ਹੈ ਇੱਕ ਵਾਕਿਆ ਹੋਰ ਹੈ ਜੋ ਭਾਈ ਸੇਵਾ ਸਿੰਘ ਜੀ ਨੇ ਆਪਣੀ ਐਡੀਟਰੀ ਦੇ ਸਮੇਂ ਖਾਲਸਾ ਸਮਾਚਾਰ ਦੇ 25 ਨਵੰਬਰ 1937 ਈਸਵੀ ਦੇ ਪਰਚੇ ਵਿੱਚ ਕਿਸੇ ਆਪਣੇ ਕਥਨ ਦੀ ਪ੍ਰੋੜਤਾ ਵਿੱਚ ਛਾਪਿਆ ਸੀ ਤੇ ਜਿਸ ਵਿੱਚ ਉਹਨਾਂ ਨੇ ਕਿਸੇ ਵਿਅਕਤੀ ਦਾ ਨਾਮ ਨਹੀਂ ਸੀ ਛਾਪਿਆ ਪਰ ਉਹਨਾਂ ਤੋਂ ਖਿਮਾ ਮੰਗਦੇ ਹੋਏ ਉਹ ਅੱਖਰ ਅੱਗੇ ਦਿੱਤੇ ਜਾਂਦੇ ਹਨ ਆਪਣੇ ਵੱਲ ਉਹਨਾਂ ਵਿਅਕਤੀਆਂ ਦੇ ਸ਼ੁਭ ਨਾਮ ਬ੍ਰੈਕਟਾਂ ਵਿੱਚ ਉਸੇ ਇਬਾਰਤ ਵਿੱਚ ਦੇ ਰਹੇ ਹਨ ਭਾਈ ਸੇਵਾ ਸਿੰਘ ਜੀ ਲਿਖਦੇ ਹਨ ਕੋਈ ਵੀ ਰਾਤ ਨੂੰ ਐਸਾ ਸੁਪਨਾ ਵੇਖੀਦਾ ਹੈ ਜੋ ਅੱਖਰ ਅੱਖਰ ਠੀਕ ਨਿਕਲਦਾ ਹੈ ਇਹ ਸੁਪਨਾ ਕਿਸੇ ਹੋਣ ਵਾਲੇ ਕੰਮ ਦੀ ਪਹਿਲਾ ਖਬਰ ਦਿੰਦਾ ਹੈ ਜਾਂ ਕਿਤੇ ਹੋ ਰਹੇ ਕੰਮ ਦੀ ਇਤਲਾਹ ਪਹੁੰਚਾਉਂਦਾ ਹੈ ਇਹ ਵੇਖੀ ਗੱਲ ਹੈ ਕਿ ਇੱਕ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੋ ਆਪਣੇ ਰੋਹਾਨੀ ਔਜ ਤੇ ਮੌਜ ਦੇ ਕਾਰਨ ਬੜੇ ਉੱਚ ਆਤਮ ਮੰਡਲ ਦੇ ਸੁਖ ਮਾਣ ਦੀ ਰਹਿੰਦੀ ਹੈ ਇੱਕ ਦਿਨ ਸੰਸਾਰਕ ਕਮਾਂ ਵੱਲੋਂ ਉਪਰਾਮ ਵੇਖੀ ਗਈ ਇੱਕ ਸੰਤ ਪਦਵ ਨਾਲ ਪੂਸ਼ਿਤ ਪ੍ਰਸਿੱਧ ਵਿਅਕਤੀ ਸੰਤ ਗੁਰੂਮੁਖ ਸਿੰਘ ਜੀ ਨੇ ਇਹਨਾਂ ਨੂੰ ਮਿਲਣ ਦੀ ਪਰਬਲ ਇੱਛਾ ਪ੍ਰਗਟ ਕੀਤੀ ਪਰ ਸੰਦੇਸ਼ ਲਿਆਉਣ ਵਾਲੇ ਭਾਈ ਸੋਤ ਸਿੰਘ ਜੀ ਨੂੰ ਕਹਿ ਦਿੱਤਾ ਗਿਆ ਕਿ ਉਹਨਾਂ ਨੂੰ ਅੱਜ ਆਉਣ ਤੋਂ ਰੋਕਿਆ ਜਾਏ ਪਰ ਸੰਤ ਜੀ ਨਾ ਰੁਕੇ ਤੇ ਆ ਗਏ 3 ਵਜੇ ਦਾ ਵਕਤ ਸੀ ਦੋਨੋਂ ਤੇਰਾ ਆਮੋ ਸਾਹਮਣੇ ਬੈਠ ਗਏ ਆ ਪਰ ਉਸ ਮਹਾਨ ਸ਼ਖਸੀਅਤ ਨੇ 5 ਮਿੰਟ ਚੁੱਪਚਾ ਬੈਠਣ ਪਿੱਛੋਂ ਬਿਨਾਂ ਕੋਈ ਗੱਲਬਾਤ ਉਹਨਾਂ ਨਾਲ ਕੀਤੇ ਖਿਮਾ ਮੰਗਦਿਆਂ ਉਹਨਾਂ ਨੂੰ ਤੁਰ ਜਾਣ ਲਈ ਬੇਨਤੀ ਕਰ ਦਿੱਤੀ। ਇਸ ਦਿਨ ਬਾਕੀ ਇਸਾ ਵੀ ਇਸੇ ਤਰ੍ਹਾਂ ਪ੍ਰਾਂਪਤਾ ਵਿੱਚ ਗੁਜ਼ਰਿਆ। ਦੂਜੇ ਦਿਨ ਪਤਾ ਲੱਗਾ ਕਿ ਕੱਲ ਇੱਕ ਉੱਚੀ ਰੂਹ ਪ੍ਰੋਫੈਸਰ ਪੂਰਨ ਸਿੰਘ ਜੀ ਸੰਸਾਰ ਤੋਂ ਪਿਆਨਾ ਕਰਨ ਦੀ ਤਿਆਰੀ ਵਿੱਚ ਸੀ। 3 ਵਜੇ ਦੇ ਵਕਤ ਉਨ੍ਹਾਂ ਉਤੇ ਖਾਸ ਤਰ੍ਹਾਂ ਦੀ ਹਾਲਤ ਬੀਤ ਰਹੀ ਸੀ। ਅੰਤ ਉਹ ਪਰਲੋਕ ਗਮਨ ਕਰ ਗਈ। ਇਨ੍ਹਾਂ ਮਹਾਪੁਰਸ਼ਾਂ ਅਤੇ ਚਲਾਣਾ ਕਰਨ ਵਾਲੀ ਰੂਹ ਦੇ ਵਿਚਕਾਰ ਦਾ ਫਾਸਲਾ ਅੰਮ੍ਰਿਤਸਰ ਤੋਂ ਡੇਹਰਾਦੂਨ ਕਈ ਸੌ ਮੀਲ ਦਾ ਸੀ। ਇਹਨਾਂ ਨੂੰ ਕੂਚ ਕਰਨ ਵਾਲੀ ਰੂਹ ਦੇ ਹਾਲਾਤ ਤੋਂ ਆਮ ਤੌਰ ਤੇ ਬੇਖਬਰ ਰੱਖਿਆ ਜਾਂਦਾ ਸੀ। 500 ਮੀਲ ਦੇ ਫਾਸਲੇ ਤੇ ਉਸ ਦੀ ਯਕਾ ਯਕ بگੜੀ ਹਾਲਤ ਦਾ ਇਸ ਮਹਾਨ ਵਿਅਕਤੀ ਨੂੰ ਅਨੁਭਵ ਹੋ ਜਾਣਾ ਤੇ ਉਸਦੇ ਹਾਲਤ ਦੇ ਵਿਗੜਨ ਤੋਂ ਹਰ ਘੜੀ ਬਾਖਬਰ ਰਹਿਣ ਦਾ ਕੀ 파ਵ ਹੈ ਇਹਦਾ ਕਾਰਨ ਕੀ ਹੈ ਜੜਤਾ ਦਾ ਪੁਜਾਰੀ ਇਸ ਦਾ ਉੱਤਰ ਨਹੀਂ ਦੇ ਸਕਦਾ ਪ੍ਰੰਤੂ ਆਤਮ ਉਸ ਦੀ ਅੰਸ਼ ਹੈ ਜਿੰਨੀ ਇਹ ਸ਼ੁੱਧ ਹੋਵੇਗੀ ਸਾਇ ਨਾਲ ਜੁੜੀ ਹੋਵੇਗੀ ਉਤਨੀ ਹੀ ਇਸ ਦੇ ਗਿਆਨ ਦੀ ਸੀਮਾ ਵਧਦੀ ਹੋਵੇਗੀ ਤੇ ਅੜ ਅੜ ਥਾਵਾਂ ਤੇ ਹੋ ਰਹੇ ਤੇ ਹੋਣ ਵਾਲੇ ਕਮਾਂ ਤੋਂ ਜੇ ਚਾਹੋ ਤਾਂ ਆਪਣੇ ਆਪ ਨੂੰ ਜਾਣੂ ਬਣਾ ਸਕਦੇ ਹੈ ਸਿੱਖਾਂ ਵਿੱਚ ਕਰਨੀ ਵਾਲੇ ਜਪੀ ਤਪੀ ਹਠੀ ਨਾਮੀ ਬੜੇ ਛੋਟੀ ਦੇ ਗੁਰਮੁਖ ਹੁੰਦੇ ਰਹੇ ਹਨ ਇਸੇ ਵਾਸਤੇ ਇੱਕ ਫਾਰਸੀ ਤਵਾਰੀਖ ਵਿੱਚ ਸਿੱਖਾਂ ਦਾ ਹਾਲ ਲਿਖਦੇ ਆ ਲੇਖਕ ਸ਼ੁਰੂ ਹੀ ਇਸ ਫਿਕਰੇ ਤੋਂ ਕਰਦਾ ਹੈ ਜਿਸ ਦਾ ਪੰਜਾਬੀ ਅਨਵਾਦ ਇਹ ਹੈ ਕਿ ਇਹ ਪੰਥ ਹੀ ਐਸਾ ਹੈ ਕਿ ਜਿਸ ਦੀਆਂ ਦੁਆਈਆਂ ਅਰਦਾਸਾਂ ਕਬੂਲ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ